ਮੁਸ਼ਕਲ ਹੋ ਗਿਆ ਆ ਕਿ ਹੁਣ ਆਪਾਂ ਨੂੰ ਦਫ਼ਤਰਾਂ ਵਿੱਚ ਕੰਮ ਕਰਨਾ ਅੱਧੇ ਦਿਨ ਦਾ ਬੰਦ ਕੀਤਾ, ਜੇ ਸਾਡੀ ਨਹੀਂ ਸੁਣੀ ਗਈ ਅਸੀਂ ਪੂਰੇ ਦਿਨ ਦਾ ਬੰਦ ਕਰਾਂਗੇ। 5 ਮਹੀਨੇ ਦੀ ਤਨਖਾਹ ਸਾਨੂੰ ਨਹੀਂ ਮਿਲੀ ਹੈ, ਸਾਰੇ ਲੋਕ ਔਖੇ ਹੋਏ ਪਏ ਆ, ਸਭ ਦੇ ਬੱਚੇ ਔਖੇ ਹੋਏ ਪਏ ਨੇ, ਤੇ ਅਸੀਂ ਕਿੱਧਰ ਨੂੰ ਜਾਵਾਂਗੇ। ਸਰਕਾਰੀ ਜੋਬ ਛੱਡ ਕੇ ਆਏ ਸੀਗੇ ਕਿ ਗਵਰਨਮੈਂਟ ਦਾ ਕਾਲਜ ਹੈ, ਪਰ ਅੱਜ ਇੱਥੇ ਗਵਰਨਮੈਂਟ ਸਾਡੀ ਸਾਰ ਨਹੀਂ ਲੈ ਰਹੀ ਹੈ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ। ਇਸ ਕਾਲਜ ਵਿੱਚ 5 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ। ਅਸੀਂ ਪੰਜਾਬ ਗਵਰਨਮੈਂਟ ਨੂੰ ਨਹੀਂ ਕਹਿੰਦੇ, ਅਸੀਂ ਦਿੱਲੀ ਸਰਕਾਰ ਨੂੰ ਵੀ ਕਹਿੰਦੇ ਹਾਂ, ਮੋਦੀ ਸਾਹਿਬ ਨੂੰ ਕਹਿੰਦੇ ਹਾਂ ਕਿ ਸਰ ਕਿਉਂ ਨਹੀਂ ਲੈਂਦੇ ਉਹ ਸਾਡੇ, ਉਹ ਦਿਓਲ ਸਾਹਿਬ ਨੇ, ਸਨੀ ਦਿਓਲ ਸਾਹਿਬ ਨੇ, ਉਹ ਕਿਉਂ ਨਹੀਂ ਇੱਥੇ ਆਪਣੇ ਇਲਾਕੇ ਦਾ ਕੇ ਏਰੀਆ ਦਾ ਕੇ ਜਾ ਲੈਂਦੇ? ਤੁਸੀਂ ਦੇਖ ਰਹੇ ਹੋ ਇਨਸਾਫ ਟੀਵੀ ਤੇ ਮੈਂ ਹਾਂ ਤੁਹਾਡਾ ਆਪਣਾ ਦੀਪਕ। ਜੀ ਹਾਂ, ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਬੇਅੰਤ ਕਾਲਜ ਆਫ ਇੰਜੀਨੀਅਰਿੰਗ ਗੁਰਦਾਸਪੁਰ ਦੇ ਮੁਲਾਜ਼ਮਾਂ ਕਾਲਜ ਦੇ ਬਾਹਰ ਲਗਾਇਆ ਧਰਨਾ, ਕੀਤੀ ਪੰਜਾਬ ਸਰਕਾਰ ਅਤੇ ਸੈਂਟਰ ਸਰਕਾਰ ਖਿਲਾਫ਼ ਨਾਅਰੇਬਾਜ਼ੀ। ਦੱਸ ਦਈਏ ਕਿ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਗੁਰਦਾਸਪੁਰ ਦੇ ਸਰਕਾਰੀ ਬੇਅੰਤ ਕਾਲਜ ਆਫ ਇੰਜੀਨੀਅਰਿੰਗ ਦੇ ਮੁਲਾਜ਼ਮਾਂ ਨੇ ਅੱਜ ਕਾਲਜ ਦੇ ਬਾਹਰ ਗੇਟ ਸਾਹਮਣੇ ਬੈਠ ਕੇ ਪੰਜਾਬ ਸਰਕਾਰ ਦੇ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਉਹਨਾਂ ਦੀਆਂ 5 ਮਹੀਨੇ ਤੋਂ ਰੁਕੀਆਂ ਹੋਈਆਂ ਤਨਖਾਹਾਂ ਜਲਦ ਜਾਰੀ ਕੀਤੀਆਂ ਜਾਣ। ਜੇਕਰ ਉਹਨਾਂ ਦੀਆਂ ਮੰਗਾਂ ਵੱਲ ਜਲਦ ਨਾ ਧਿਆਨ ਦਿੱਤਾ ਗਿਆ ਤਾਂ ਉਹਨਾਂ ਨੇ ਚੇਤਾਵਨੀ ਦਿੱਤੀ ਕਿ ਇਸ ਸੰਘਰਸ਼ ਨੂੰ ਹੋਰ ਵੀ ਤੇਜ਼ ਕੀਤਾ ਜਾਵੇਗਾ। ਉੱਥੇ ਇਸ ਮੌਕੇ 'ਤੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੁਲਾਜ਼ਮਾਂ ਨੇ ਕਿਹਾ ਕਿ ਪਿਛਲੇ 5 ਮਹੀਨਿਆਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਕਾਲਜ ਦਾ ਸਮੂਹ ਸਟਾਫ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਉਹਨਾਂ ਕਿਹਾ ਕਿ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਡੇ ਦਾਅਵਿਆਂ ਦੇ ਉਲਟ ਇਸ ਕਾਲਜ ਦੀ ਕੋਈ ਸਾਰ ਨਹੀਂ ਲਈ ਜਾ ਰਹੀ, ਜਿਸ ਦੇ ਚਲਦਿਆਂ ਉਹਨਾਂ ਨੂੰ ਤਨਖਾਹਾਂ ਨਾ ਮਿਲਣ ਕਾਰਨ ਮਾਨਸਿਕ ਪਰੇਸ਼ਾਨੀ ਵਿੱਚ ਘਿਰੇ ਹੋਏ ਹਨ। ਉਹਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਫੈਕਲਟੀ ਅਤੇ ਸਟਾਫ ਦੀਆਂ ਤਨਖਾਹਾਂ ਜਲਦ ਤੋਂ ਜਲਦ ਦਿੱਤੀਆਂ ਜਾਣ ਅਤੇ ਆਰਥਿਕ ਸੰਤਾਪ ਤੋਂ ਤਾਂ ਕਰ ਸਟਾਫ ਬਚ ਸਕੇ। ਕਿ ਸਾਨੂੰ ਇੱਥੋਂ ਇਸ ਕਾਲਜ ਵਿੱਚ 5 ਮਹੀਨੇ ਤੋਂ ਤਨਖਾਹ ਨਹੀਂ ਮਿਲ ਰਹੀ, ਔਰ ਉਸ ਤੋਂ ਪਹਿਲਾਂ ਜਿਹੜੀਆਂ 4 ਤਨਖਾਹਾਂ ਮਿਲੀਆਂ ਸੀ ਉਹ ਵੀ ਇੱਕ ਟੈਂਪਰੇਰੀ ਅਰੇਂਜਮੈਂਟ, ਸਾਡੇ ਕਾਲਜ ਦੇ ਜਿਹੜੇ ਅਵੇਲੇਬਲ ਫੰਡ ਹੈਗੇ ਆ ਟਿਊਸ਼ਨ ਫੰਡ ਤੋਂ ਬਿਨਾਂ, ਉਹਦੇ ਅਗੇਂਸਟ ਹੀ ਸਾਨੂੰ ਸੌਫਟ ਲੋਨ ਦਿੱਤਾ ਗਿਆ ਸੀ। ਜਿਸ ਚਿੱਠੀ ਦੇ ਹਿਸਾਬ ਨਾਲ ਸੌਫਟ ਲੋਨ ਦਿੱਤਾ ਗਿਆ ਸੀਗਾ ਉਹਨਾਂ ਸਾਨੂੰ 4 ਤਨਖਾਹਾਂ ਮਿਲੀਆਂ, ਪਰ ਉਸ ਚਿੱਠੀ ਵਿੱਚ ਇਹ ਕਹਾਣੀ ਲਿਖ ਦਿੱਤੀ ਕਿ ਜਿਹੜੀਆਂ ਫੀਸਾਂ ਤੁਸੀਂ ਦੁਬਾਰਾ ਇਕੱਠੀਆਂ ਕਰੋਗੇ ਪਹਿਲਾਂ ਇਸ ਲੋਨ ਨੂੰ ਵਾਪਸ ਕਰੋਗੇ। ਮੈਨੂੰ ਦੱਸੋ ਕਿਹੜਾ ਲੋਨ ਇਹੋ ਜਿਹਾ ਹੈਗਾ ਜਿਹੜਾ 2-3 ਮਹੀਨੇ 'ਚ ਵਾਪਸ ਕਰਨਾ ਹੁੰਦਾ ਹੈ? ਲੋਨ ਤਾਂ ਇੱਕ ਫੈਸਿਲਿਟੀ ਹੁੰਦੀ ਹੈ, ਜਦੋਂ ਬੰਦੇ ਦੀ ਗੁੰਜਾਇਸ਼ ਹੁੰਦੀ ਹੈ ਉਸ ਟਾਈਮ ਉਹ ਲੋਨ ਵਾਪਸ ਕੀਤਾ ਜਾਂਦਾ ਹੈ, ਔਰ ਉਸ ਤੋਂ ਬਾਅਦ ਸਾਨੂੰ ਸਾਕੋ ਅਜੇ ਵੀ ਅਵੇਲੇਬਲ ਫੰਡ ਹੈਗੇ ਆ। ਮੈਂ ਗਵਰਨਮੈਂਟ ਨੂੰ ਰਿਕੁਐਸਟ ਕਰਦਾ ਹਾਂ ਵੀ ਉਹ ਅਵੇਲੇਬਲ ਫੰਡ ਵਿੱਚੋਂ ਸਾਨੂੰ ਉਸੇ ਤਰ੍ਹਾਂ ਇੱਕ ਟੈਂਪਰੇਰੀ ਅਰੇਂਜਮੈਂਟ ਕਰਕੇ ਬਾਕੀ ਰਹਿੰਦੀਆਂ ਤਨਖਾਹਾਂ ਦਿੱਤੀਆਂ ਜਾਣ ਅਤੇ ਇਸ ਕਾਲਜ ਦੀ ਗ੍ਰਾਂਟ ਜਲਦੀ ਤੋਂ ਜਲਦੀ ਰਿਲੀਜ਼ ਕੀਤੀ ਜਾ ਸਕੇ ਕੀਤੀ ਜਾਵੇ ਤਾਂ ਕੋਈ ਇਹਦਾ ਕੋਈ ਪਰਮਾਨੈਂਟ ਹੱਲ ਸਾਨੂੰ ਦਿਖਾਈ ਦੇਵੇ। ਅਸੀਂ ਸਾਰੇ ਬੜੇ ਰਿਪਿਊਟਡ ਇੰਸਟੀਚਿਊਟ ਛੱਡ ਕੇ, ਇਸ ਰਿਪਿਊਟਡ ਗਵਰਨਮੈਂਟ ਔਰਗਨਾਈਜੇਸ਼ਨ ਛੱਡ ਕੇ ਅਸੀਂ ਇਸ ਕਾਲਜ 'ਚ ਸਿਰਫ ਇਸ ਕਰਕੇ ਆਏ ਹਾਂ ਵੀ ਸ਼ਾਇਦ ਅਸੀਂ ਗਵਰਨਮੈਂਟ ਕਾਲਜ 'ਚ ਜਾ ਰਹੇ ਹਾਂ ਅਪਗ੍ਰੇਡ ਹੋ ਕੇ, ਪਰ ਸਾਨੂੰ ਨਹੀਂ ਪਤਾ ਸੀ ਵੀ ਸਾਡੀ ਹਾਲਤ ਇਹ ਹੋ ਜਾਣੀ। ਅੱਜ ਸਾਡੇ ਕਾਲਜ ਦੇ ਵਿੱਚ ਬਹੁਤ ਹੀ ਪੜ੍ਹੇ ਲਿਖੇ, ਕੋਈ ਕੈਨੇਡਾ ਤੋਂ ਪੀ ਐੱਚ ਡੀ ਕਰਕੇ ਆਇਆ,
ਕੋਈ IIT ਤੋਂ PhD ਕਰਕੇ ਆਇਆ, ਕੋਈ NIT ਤੋਂ PhD ਕਰਕੇ ਆਇਆ, ਕਈਆਂ ਨੇ ਪੰਜਾਬ ਟੈਕਨੀਕਲ ਯੂਨੀਵਰਸਿਟੀ ਤੋਂ PhD ਕੀਤੀਆਂ ਹੋਈਆਂ ਆ, ਪਰ ਸਾਨੂੰ ਇਹ ਨਹੀਂ ਪਤਾ ਵੀ ਇੰਨਾ ਪੜ੍ਹਨ ਤੋਂ ਬਾਅਦ ਸਾਡੀ ਐਡੀ ਮਾੜੀ ਹਾਲਤ ਹੋਣੀ ਆ ਪੜ੍ਹਿਆਂ ਲਿਖਿਆਂ ਦੀ, ਵੀ ਅਸੀਂ ਦਰੀਆਂ 'ਤੇ ਬੈਠ ਕੇ ਅਸੀਂ ਗਿੜਗਿੜਾਵਾਂਗੇ ਇਸ ਗੌਰਮੈਂਟ ਦੇ ਅੱਗੇ ਵੀ ਸਾਨੂੰ ਜਿਹੜੀ ਹੈਗੀ ਆ ਤਨਖਾਹ ਦਿੱਤੀਆਂ ਜਾਣ। ਅਜੇ ਅਸੀਂ ਗਿੜਗਿੜਾ ਰਹੇ ਹਾਂ, ਪਰ ਜੇ ਸਾਨੂੰ ਗੌਰਮੈਂਟ ਨੇ ਮਨਜ਼ੂਰ ਕਰ ਦਿੱਤਾ ਤਾਂ ਅਸੀਂ ਇਸ ਆਪਣੀ ਲਹਿਰ ਨੂੰ, ਇਸ ਧਰਨੇ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਵਾਂਗੇ। ਅਸੀਂ ਇੱਥੇ 95 ਤੋਂ ਸਾਰੇ ਜੌਬ ਕਰ ਰਹੇ ਹਾਂ, ਸਾਨੂੰ 5 ਮਹੀਨੇ ਹੋ ਗਏ ਤਨਖਾਹਾਂ ਨਹੀਂ ਮਿਲੀਆਂ, ਸਾਨੂੰ ਸਾਡੇ ਘਰ ਦਾ ਗੁਜ਼ਾਰਾ ਕਰਨਾ ਵੀ ਔਖਾ ਹੋ ਗਿਆ, ਬੱਚਿਆਂ ਦੀ ਫੀਸਾਂ ਦੇਣੀਆਂ ਆ, ਹੋਰ ਘਰ ਦੇ ਖਰਚੇ ਨੇ, ਲੋਕਾਂ ਨੂੰ ਦੀਵਾਲੀ 'ਤੇ ਬੋਨਸ ਮਿਲੇ ਆ, ਸਾਨੂੰ ਦੀਵਾਲੀ 'ਤੇ ਤਨਖਾਹ ਵੀ ਨਹੀਂ ਮਿਲੀ ਹੈ, ਤਾਂ ਅਸੀਂ ਬਹੁਤ ਮੁਸ਼ਕਲ ਨਾਲ ਆਪਣੇ ਤਿਉਹਾਰ ਲੰਘਾਏ ਆ, ਅਤੇ ਇਸ ਕਰਕੇ ਬਹੁਤ ਔਖਾ ਆ ਸਾਡੀ ਪੰਜਾਬ ਸਰਕਾਰ ਨੂੰ, ਉਸ ਤੋਂ ਪਹਿਲਾਂ ਸਾਨੂੰ ਆਪਣੇ ਕਾਲਜ ਦੇ ਪ੍ਰਸ਼ਾਸਨ ਨੂੰ, ਲੋਕਲ ਪ੍ਰਸ਼ਾਸਨ ਨੂੰ, ਪੰਜਾਬ ਸਰਕਾਰ ਨੂੰ, ਅਤੇ ਸਾਡੇ ਮਿਨਿਸਟਰ, ਡਾਇਰੈਕਟਰ, ਸਾਡੇ ਚੰਨੀ ਸਾਹਿਬ ਜੋ ਮੰਤਰੀ ਨੇ, ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੀਆਂ ਤਨਖਾਹਾਂ ਦਿੱਤੀਆਂ ਜਾਣ, ਤਾਂ ਜੋ ਅਸੀਂ ਆਪਣੇ ਬੱਚਿਆਂ ਦਾ ਆਪਣਾ ਗੁਜ਼ਾਰਾ ਸਹੀ ਢੰਗ ਨਾਲ ਕਰ ਪਾਈਏ। ਠੀਕ ਹੈ, ਇੰਨਾ ਮੁਸ਼ਕਲ ਹੋ ਗਿਆ ਆ ਕਿ ਹੁਣ ਆਪਾਂ ਨੂੰ ਦਫ਼ਤਰਾਂ ਵਿੱਚ ਕੰਮ ਕਰਨਾ ਅੱਧੇ ਦਿਨ ਦਾ ਬੰਦ ਕੀਤਾ, ਜੇ ਸਾਡੀ ਨਹੀਂ ਸੁਣੀ ਗਈ ਅਸੀਂ ਪੂਰੇ ਦਿਨ ਦਾ ਬੰਦ ਕਰਾਂਗੇ। 5 ਮਹੀਨੇ ਦੀ ਤਨਖਾਹ ਸਾਨੂੰ ਨਹੀਂ ਮਿਲੀ ਹੈ, ਇੱਥੇ 300 ਪਰਿਵਾਰ ਹੈ, ਸਾਰੇ ਲੋਕ ਔਖੇ ਹੋਏ ਪਏ ਆ, ਸਭ ਦੇ ਬੱਚੇ ਔਖੇ ਹੋਏ ਪਏ ਨੇ, ਅਤੇ ਅਸੀਂ ਕਿੱਧਰ ਨੂੰ ਜਾਵਾਂਗੇ। ਔਰ ਕਈ ਲੋਕ ਇੱਥੇ ਸਰਕਾਰੀ ਜੋਬ ਛੱਡ ਕੇ ਆਏ ਸੀਗੇ ਕਿ ਗੌਰਮੈਂਟ ਦਾ ਕਾਲਜ ਹੈ, ਪਰ ਅੱਜ ਇੱਥੇ ਗੌਰਮੈਂਟ ਸਾਡੀ ਸਾਰ ਨਹੀਂ ਲੈ ਰਹੀ ਹੈ, ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ, ਅਸੀਂ ਚਿੱਠੀਆਂ ਵੀ ਪਾ ਰਹੇ ਹਾਂ ਡਾਇਰੈਕਟਰ ਨੂੰ, ਸੈਕਟਰੀ ਨੂੰ ਚਿੱਠੀਆਂ ਪਾ ਰਹੇ ਹਾਂ, ਕੋਈ ਨਹੀਂ ਸਾਡੀ ਸਾਰ ਲੈ ਰਿਹਾ। ਜੇ ਇਹ ਸਾਡਾ ਇਸੇ ਤਰ੍ਹਾਂ ਰਿਹਾ ਅਸੀਂ ਪੂਰਾ ਕਾਲਜ ਬੰਦ ਕਰ ਦਿਆਂਗੇ, ਅਸੀਂ ਕੋਈ ਕੰਮ ਨਹੀਂ ਕਰਾਂਗੇ, ਅਤੇ ਆਪਾਂ ਆਪਣਾ ਪੂਰੇ ਕਰਾਂਗੇ, ਕਾਰਵਾਈ ਕਰਾਂਗੇ। ਔਰ ਸਾਨੂੰ, ਆਪਾਂ ਇੱਥੋਂ ਤੱਕ ਸਿਰਫ ਪੰਜਾਬ ਗਵਰਨਮੈਂਟ ਨੂੰ ਨਹੀਂ ਕਹਿੰਦੇ, ਅਸੀਂ ਦਿੱਲੀ ਸਰਕਾਰ ਨੂੰ ਵੀ ਕਹਿੰਦੇ ਹਾਂ, ਮੋਦੀ ਸਾਹਿਬ ਨੂੰ ਕਹਿੰਦੇ ਹਾਂ, ਉਹ ਆਪਣੇ ਸਿੱਖਿਆ ਦੇ ਇੰਨੇ ਉਹ ਹੈਗੇ ਨੇ, ਅਗਾਂਹ ਵਧੂ ਨੇ, ਸਿੱਖਿਆ ਨੂੰ ਇੰਨਾ ਪ੍ਰੇਰਿਤ ਕਰ ਰਹੇ ਨੇ, ਪਿਛੜੇ ਲੋਕਾਂ ਬੱਚਿਆਂ ਨੂੰ ਇੰਨੀ ਸਿੱਖਿਆ ਦੇ ਰਹੇ ਨੇ, ਸਾਡੀ ਆ ਕੇ ਸਾਰ ਕਿਉਂ ਨਹੀਂ ਲੈਂਦੇ ਉਹ, ਸਾਡੇ ਉਹ ਦਿਓਲ ਸਾਹਿਬ ਨੇ, ਸਨੀ ਦਿਓਲ ਸਾਹਿਬ ਨੇ, ਉਹ ਕਿਉਂ ਨਹੀਂ ਇੱਥੇ ਆਪਣੇ ਇਲਾਕੇ ਦਾ ਕੇ ਏਰੀਆ ਦਾ ਕੇ ਜਾ ਕੇ ਲੈਂਦੇ, ਕਿਉਂ ਨਹੀਂ ਇੱਥੇ ਆ ਕੇ ਸਾਰ ਲੈਂਦੇ ਸਾਡੀ, ਜਦੋਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਸਾਰੇ ਆ ਜਾਂਦੇ ਆ। ਅਤੇ ਦੂਸਰੀ ਗੱਲ ਇਹ, ਕਿਉਂਕਿ ਆਪਾਂ ਇੱਥੇ ਲੋਕਲ ਪ੍ਰਸ਼ਾਸਨ ਹੈ ਨਾ, ਲੋਕਲ MLA ਨੇ ਆ, ਕੋਈ ਅਸੀਂ ਕੱਲ੍ਹ ਦੇ ਬੈਠੇ, ਕਿਸੇ ਨੇ ਸਾਡੀ ਸਾਰ ਨਹੀਂ ਲਈ ਇੱਥੇ ਆ ਕੇ।